ਸਭ ਨੂੰ ਜੈ ਮਸੀਹ ਦੀ ਪੰਜਾਬੀ ਬਾਈਬਲ ਸਟੋਰੀਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ ਜੇਕਰ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਕਰ ਸਕਦੇ ਹੋ ਤੁਸੀਂ ਇਸ ਚੈਨਲ ਨੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰ ਸਕਦੇ ਹੋ ਇਸ ਚੈਨਲ ਦੇ ਦੁਆਰਾ ਪਰਮੇਸ਼ਰ ਤੁਹਾਨੂੰ ਸਭ ਨੂੰ ਬੜੀ ਆਸ਼ੀਸ਼ ਦੇਵੇ ਤਾਂ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅੱਜ ਮੈਂ ਤੁਹਾਡੇ ਲਈ 다우드 ਅਤੇ ਬੈਤਸ਼ਬਾ ਨੇ ਜੋ ਪਾਪ ਕੀਤਾ ਸੀ ਉਸਤੇ ਵਰਣਨ ਨੂੰ ਲੈ ਕੇ ਆਇਆ ਹਾਂ ਜਿਸ ਦਾ ਵਰਣਨ ਤੁਹਾਨੂੰ ਦੂਜਾ ਸੈਮੂਲ ਉਹਦੇ 11 ਅਤੇ 12 ਅਧਿਆਇ ਵਿੱਚ ਮਿਲ ਜਾਵੇਗਾ ਤੁਸੀਂ ਇਸ ਨੂੰ ਬਾਈਬਲ ਦੇ ਵਿੱਚ ਵਿਸਤਾਰ ਨਾਲ ਪੜ੍ਹ ਸਕਦੇ ਹੋ ਤਾਂ ਆਓ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਬਾਈਬਲ ਸਾਨੂੰ ਇਹ ਦੱਸਦੀ ਹੈ ਕਿ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਸ਼ਾਉਲ ਦੀ ਮੌਤ ਤੋਂ ਬਾਅਦ ਦਾਊਦ ਇਸرائیਲੀਆਂ ਦਾ ਦੂਜਾ ਰਾਜਾ ਬਣਿਆ ਤਾਂ ਜਦੋਂ ਦਾਊਦ ਇਸرائیਲੀਆਂ ਦਾ ਦੂਜਾ ਰਾਜਾ ਬਣਿਆ ਤਾਂ ਉਸਨੇ ਬਹੁਤ ਸਾਰੀਆਂ ਜੰਗਾਂ ਜਿੱਤੀਆਂ ਜਿਵੇਂ ਉਹ ਪਹਿਲਾਂ ਵੀ ਆਪਣੀ ਬੁੱਧੀ ਦੇ ਨਾਲ ਜਿੱਤਦਾ ਆਇਆ ਸੀ ਇਸ ਪ੍ਰਕਾਰ ਰਾਜਾ ਦਾਊਦ ਆਪਣੀਆਂ ਜੰਗਾ ਦੇ ਵਿੱਚ ਜਿੱਤ ਪ੍ਰਾਪਤ ਕਰਦਾ ਰਿਹਾ ਕਿਉਂਕਿ ਉਹ ਯਹੋਵਾ ਦਾ ਇੱਕ ਆਗਿਆਕਾਰੀ ਮਨੁੱਖ ਸੀ ਪਰ ਕੁਝ ਸਮੇਂ ਬਾਅਦ ਅਸੀਂ ਦੇਖਦੇ ਹਾਂ ਕਿ ਰਾਜਾ ਦੌਦ ਦਾ ਬੁਰਾ ਸਮਾਂ ਆ ਗਿਆ ਤੇ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਹਰ ਇੱਕ ਮਨੁੱਖ ਦੇ ਜੀਵਨ ਕਾਲ ਦੇ ਵਿੱਚ ਪ੍ਰੀਖਿਆਵਾਂ ਆਉਂਦੀਆਂ ਨੇ ਜਿਨ੍ਹਾਂ ਨੂੰ ਉਸ ਨੂੰ ਪਾਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਪਰ ਕਦੇ-ਕਦੇ ਮਨੁੱਖ ਪ੍ਰਿਕਿਆਵਾਂ ਦੇ ਵਿੱਚ ਪੈ ਕੇ ਗਲਤੀਆਂ ਕਰ ਬੈਠਦਾ ਹੈ ਤੇ ਫਿਰ ਚਾਹੇ ਉਹ ਇੱਕ ਸਾਧਾਰਨ ਮਨੁੱਖ ਹੋਵੇ ਜਾਂ ਫਿਰ ਕੋਈ ਰਾਜਾ ਹੋਵੇ ਤੇ ਜਿਵੇਂ ਅਸੀਂ ਦਾਊਦ ਦੇ ਜੀਵਨ ਦੇ ਵਿੱਚ ਵੀ ਦੇਖਦੇ ਹਾਂ ਕਿ ਉਸ ਨੇ ਇੱਕ ਅਜਿਹੀ ਗਲਤੀ ਕੀਤੀ ਜੋ ਇੱਕ ਪਾਪ ਸਿੱਧ ਹੋਇਆ ਤੇ ਜਦੋਂ ਯੁੱਧ ਚੱਲ ਰਹੇ ਸਨ ਤਾਂ ਦਾਊਦ ਨੇ ਯੋਆਬ ਨੂੰ ਅਤੇ ਆਪਣੇ ਸੈਨਿਕਾਂ ਨੂੰ ਅਮੋਨੀਆਂ ਦੇ ਵਿਰੁੱਧ ਯੁੱਧ ਕਰਨ ਦੇ ਲਈ ਭੇਜਿਆ ਪਰ ਉਹ ਆਪ ਨਾ ਗਿਆ ਆਪ ਘਰ ਹੀ ਰਹਿ ਗਿਆ ਤੇ ਉਸੇ ਦਿਨ ਸ਼ਾਮ ਨੂੰ ਦਾਊਦ ਆਪਣੇ ਮਹਿਲ ਦੀ ਛੱਤ ਦੇ ਉੱਤੇ ਟਹਿਲ ਰਿਹਾ ਸੀ ਤੰਦੌਦ ਨੇ ਇੱਕ ਔਰਤ ਨੂੰ ਨਹਾਉਂਦੇ ਹੋਏ ਆਪਣੀ ਛੱਤ ਤੋਂ ਦੇਖਿਆ ਤੰਦੌਦ ਨੇ ਉਸ ਇਸਤਰੀ ਨੂੰ ਆਪਣੇ ਮਹਿਲ ਦੇ ਵਿੱਚ ਬੁਲਾਇਆ ਅਤੇ ਉਹ ਇਸਤਰੀ ਰਾਜੇ ਦਾਊਦ ਦੇ ਇੱਕ ਸੈਨਿਕ ਹਿੱਤੀ ਉਰੀਆ ਦੀ ਪਤਨੀ ਸੀ ਤੰਦੌਦ ਨੇ ਉਸ స్త్రీ ਨਾਲ ਵਿਚਾਰ ਕੀਤਾ ਅਤੇ ਉਹ స్త్రీ ਆਪਣੇ ਘਰ ਵਾਪਸ ਚਲੀ ਗਈ ਤੇ ਉਹ ਔਰਤ 다উদ ਤੋਂ ਗਰਭવતી ਹੋਈ ਤੇ ਇੱਥੇ ਮੈਂ ਤੁਹਾਨੂੰ ਇੱਕ वचन ਨੂੰ ਦੱਸਣਾ ਚਾਹੁੰਦਾ ਹਾਂ ਤੇ ਜੋ ਲਿਖਿਆ ਹੈ ਦੂਜਾ ਤਿਮੋਥੀਅਸ 3 ਉਹਦੀ 16 ਦੇ ਵਿੱਚ ਕਿ ਹਰ ਇੱਕ ਪਵਿੱਤਰ ਗ੍ਰੰਥ ਪਰਮੇਸ਼ਵਰ ਦੀ ਪ੍ਰੇਰਣਾ ਦੇ ਦੁਆਰਾ ਰਚਿਆ ਗਿਆ ਹੈ ਤੇ ਜੋ ਉਪਦੇਸ਼ ਦੇਣ ਸਮਝਾਉਣ ਸੁਧਾਰਨ ਅਤੇ ਧਰਮ ਦੀ ਸਿੱਖਿਆ ਦੇ ਦੇਣ ਲਈ ਲਾਭਦਾਇਕ ਹੈ ਤੇ ਇਸ वचन ਤੋਂ ਅਸੀਂ ਸਮਝ ਸਕਦੇ ਹਾਂ ਕਿ ਬਾਈਬਲ ਦੇ ਵਿੱਚ ਇੱਕ ਇੱਕ ਸ਼ਬਦ ਸਾਨੂੰ ਸਧਾਰਨ ਸਾਨੂੰ ਸਿੱਖਿਆ ਦੇਣ ਸਾਨੂੰ ਸਮਝਾਉਣ ਤੇ ਭਲੇ ਤੇ ਬੁਰੇ ਦੀ ਗਿਆਨ ਦੇਣ ਦੇ ਲਈ ਲਿਖਿਆ ਗਿਆ ਹੈ ਤੇ ਇਸ ਤੋਂ ਸਿੱਖ ਕੇ ਅਤੇ ਸਮਝ ਕੇ ਅਸੀਂ ਆਪਣੇ ਜੀਵਨ ਦੇ ਵਿੱਚ ਸੁਧਾਰ ਲੈ ਕੇ ਆ ਸਕਦੇ ਹਾਂ ਤੇ ਅਸੀਂ ਸਮਝ ਸਕਦੇ ਹਾਂ ਕਿ ਸਾਨੂੰ ਕਿਸ ਤਰ੍ਹਾਂ ਅਣਚਾਹੇ ਗੁਪਤ ਪਾਪਾਂ ਤੋਂ ਬਚਣਾ ਹੈ ਤੇ ਸਹੀ ਸਿੱਖਿਆ ਅਤੇ ਸਹੀ ਮਾਰਗ ਨੂੰ ਸਾਨੂੰ ਕਿਸ ਤਰ੍ਹਾਂ ਚੁਣਨਾ ਹੈ ਤੇ ਇਹ ਵੀ ਜੋ ਬਾਈਬਲ ਦੇ ਵਿੱਚ ਬੇਤਸ਼ਬਾ ਅਤੇ ਦਾਊਦ ਦੇ ਪਾਪ ਤੇ ਬਾਰੇ ਲਿਖਿਆ ਗਿਆ ਹੈ ਸਾਨੂੰ ਸਮਝਾਉਣ ਦੇ ਲਈ ਕਿ ਸਾਨੂੰ ਕਿਸ ਤਰ੍ਹਾਂ ਗੁਪਤ ਪਾਪਾਂ ਤੋਂ ਆਪਣੇ ਜੀਵਨ ਨੂੰ ਬਚਾਉਣਾ ਹੈ ਤੇ ਬਾਈਬਲ ਦੀ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਬਾਈਬਲ ਆਪਣੇ ਜਿੰਨੇ ਵੀ ਕੈਰੈਕਟਰ ਲਿਖੇ ਗਏ ਹਨ ਉਹਨਾਂ ਦੀਆਂ ਬੁਰੀਆਂ ਗੱਲਾਂ ਤੇ ਚੰਗੀਆਂ ਗੱਲਾਂ ਦੋਵਾਂ ਨੂੰ ਦੱਸਦੀ ਹੈ ਬਾਈਬਲ ਅਜਿਹਾ ਨਹੀਂ ਕਰਦੀ ਹੈ ਕਿ ਉਹ ਮਨੁੱਖ ਦੀਆਂ ਬੁਰਾਈਆਂ ਨੂੰ ਛੁਪਾ ਲੈਂਦੀ ਹੈ ਤੇ ਅਸ਼ਾਈਆਂ ਨੂੰ ਦੱਸਦੀ ਹੈ ਬਾਈਬਲ ਅਜਿਹਾ ਨਹੀਂ ਕਰਦੀ ਹੈ ਤੇ ਸਾਨੂੰ ਇਸ ਪਵਿੱਤਰ ਗ੍ਰੰਥ ਨੂੰ ਬੁਰੇ ਅਤੇ ਭਲੇ ਦੇ ਗਿਆਨ ਦੇ ਲਈ ਅਧਿਐਨ ਕਰਨਾ ਚਾਹੀਦਾ ਹੈ ਪਰ ਇਹਨਾਂ ਘਟਨਾਵਾਂ ਨੂੰ ਕੁਝ ਮਸੀਹੀ ਵਿਰੋਧੀ ਬਹੁਤ ਹੀ ਗਲਤ ਢੰਗ ਦੇ ਨਾਲ ਪ੍ਰਸਤੁਤ ਕਰਦੇ ਨੇ ਤੇ ਜਿਨ੍ਹਾਂ ਨੂੰ ਅਸੀਂ ਇੱਥੇ ਸਹੀ ਢੰਗ ਨਾਲ ਸਿੱਖਾਂਗੇ ਅਤੇ ਸਮਝਾਂਗੇ ਕਿ ਯਹੋਵਾ ਪਰਮੇਸ਼ਰ ਸਾਨੂੰ ਇਹਨਾਂ ਦੇ ਦੁਆਰਾ ਕੀ ਸਿਖਾਉਣਾ ਚਾਹੁੰਦੇ ਨੇ ਕੀ ਸਮਝਾਉਣਾ ਚਾਹੁੰਦੇ ਨੇ ਸੋ ਆਓ ਹੁਣ ਅਸੀਂ ਵਚਨ ਦੇ ਵਿੱਚ ਅੱਗੇ ਵਧਦੇ ਹਾਂ ਤਾਂ ਦਾਊਦ ਨੇ ਆਪਣੇ ਸੈਨਾਪਤੀ ਨੂੰ ਇੱਕ ਚਿੱਠੀ ਭੇਜੀ ਕਿ ਜਿੱਥੇ ਸਭ ਤੋਂ ਵੱਧ ਯੁੱਧ ਚੱਲ ਰਿਹਾ ਹੋਵੇ ਉੱਥੇ ਉਰੀਆ ਹਿੱਤੀ ਨੂੰ ਰੱਖੀ ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿ ਉਸ ਦਾ ਪਾਪ ਲੋਕਾਂ ਦੇ ਸਾਹਮਣੇ ਆਵੇ ਉਹ ਉਰੀਆ ਹਿੱਤੀ ਨੂੰ ਮਰਵਾਉਣਾ ਚਾਹੁੰਦਾ ਸੀ ਤਾਂ ਅਸੀਂ ਬਾਈਬਲ ਦੇ ਵਿੱਚ ਦੇਖ ਸਕਦੇ ਹਾਂ ਕਿ ਉਰੀਆ ਨੂੰ ਉਸ ਯੁੱਧ ਦੇ ਵਿੱਚ ਰੱਖਿਆ ਗਿਆ ਜਿੱਥੇ ਬਹੁਤ ਜ਼ਿਆਦਾ ਚਾਂਸ ਸਨ ਕਿ ਉੱਥੇ ਉਸ ਦੀ ਮੌਤ ਹੋ ਜਾਵੇ ਤੇ ਇਸੇ ਤਰ੍ਹਾਂ ਹੀ ਹੋਇਆ ਜਦ ਉਰੀਆ ਹਿੱਤੀ ਦੀ ਮੌਤ ਹੋ ਗਈ ਤਾਂ ਜਦ ਉਸ ਦੀ ਪਤਨੀ ਨੂੰ ਇਹ ਪਤਾ ਲੱਗ ਗਿਆ ਤਾਂ ਉਹ ਵਿਰਲਾਪ ਕਰਨ ਲੱਗੀ ਅਤੇ ਜਦੋਂ ਉਸ ਦਾ ਵਿਰਲਾਪ ਖਤਮ ਹੋ ਗਿਆ ਤਾਂ 다ਊਦ ਨੇ ਉਸ ਨੂੰ ਬੁਲਾ ਕੇ ਆਪਣੇ ਘਰੇ ਰੱਖ ਲਿਆ ਤਾਂ ਇਸ ਤਰ੍ਹਾਂ ਉਹ ਉਸ ਦੀ ਪਤਨੀ ਹੋ ਗਈ ਤਾਂ ਉਸ ਇਸਤਰੀ ਤੋਂ ਦਾਊਦ ਨੂੰ ਇੱਕ ਪੁੱਤਰ ਉਤਪਨ ਹੋਇਆ ਪਰ ਯਹੋਵਾ ਦਾਊਦ ਦੇ ਇਸ ਕੰਮ ਤੋਂ ਖੁਸ਼ ਨਹੀਂ ਸੀ ਉਹ ਉਸ ਤੇ ক্রੋਧਿਤ ਹੋ ਗਿਆ ਤਾਂ ਇੱਥੇ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਦਾਊਦ ਨੇ ਵਿਵਚਾਰ ਦੀ ਲਾਲਸਾ ਦੇ ਵਿੱਚ ਆ ਕੇ ਇੱਕ ਗੁਪਤ ਪਾਪ ਕੀਤਾ ਤੇ ਉਸ ਪਾਪ ਨੂੰ ਲੁਕਾਉਣ ਦੇ ਲਈ ਉਸ ਨੇ ਇੱਕ ਹੋਰ ਪਾਪ ਕੀਤਾ ਕਿ ਬਤਸ਼ਬਾ ਦੇ ਪਤੀ ਨੂੰ ਮਰਵਾ ਦਿੱਤਾ ਜਦੋਂ ਉਸ ਇਸਤਰੀ ਦਾ ਵਿਰਲਾਪ ਖਤਮ ਹੋ ਗਿਆ ਤਾਂ ਦਾਊਦ ਨੇ ਉਸ ਇਸਤਰੀ ਨੂੰ ਹੀ ਆਪਣੇ ਘਰ ਦੇ ਵਿੱਚ ਰੱਖ ਲਿਆ ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਦਾਊਦ ਦੇ ਇੱਕ ਪਾਪ ਦੇ ਕਾਰਨ ਹੋਰ ਕਿੰਨੇ ਪਾਪ ਉਤਪਨ ਹੋਏ ਤੇ ਇਸ ਲਈ ਮੇਰੇ ਪਿਆਰਿਓ ਮੈਂ ਤੁਹਾਨੂੰ ਅੱਜ ਕਹਿਣਾ ਹਾਂ ਕਿ ਜਦੋਂ ਅਸੀਂ ਇੱਕ ਪਾਪ ਦੇ ਵਿੱਚ ਫਸ ਜਾਂਦੇ ਹਾਂ ਤਾਂ ਉਸ ਨੂੰ ਲੁਕਾਉਣ ਦੇ ਲਈ ਹੋਰ ਪਾਪ ਕਰਦੇ ਜਾਂਦੇ ਹਾਂ ਇਸੇ ਪ੍ਰਕਾਰ ਇੱਕ ਪਾਪ ਕਈਆਂ ਪਾਪਾਂ ਨੂੰ ਜਨਮ ਦਿੰਦਾ ਹੈ ਤੇ ਜਿਸ ਤਰ੍ਹਾਂ 다ਊਦ ਨੇ ਵੀ ਕੀਤਾ ਤੇ ਦੂਸਰਾ ਸ਼ੈਮੂਲ ਦੇ ਵਿੱਚ ਇਸ ਇਸਪਸ਼ਟ ਰੂਪ ਨਾਲ ਲਿਖਿਆ ਗਿਆ ਹੈ ਕਿ ਯਹੋਵਾ 다ਊਦ ਨਾਲ ਗ੍ਰੋਧਿਤ ਰਿਹਾ ਤੇ ਇਸ ਪ੍ਰਕਾਰ ਅਸੀਂ ਇਹ ਜਾਣ ਸਕਦੇ ਹਾਂ ਕਿ ਯਹੋਵਾ ਆਪਣੇ ਪ੍ਰੇਮ ਰੱਖਣ ਵਾਲਿਆਂ ਲੋਕਾਂ ਦੇ ਨਾਲ ਗ੍ਰੋਧਿਤ ਹੁੰਦਾ ਹੈ ਜਦੋਂ ਉਹ ਪਾਪ ਕਰਦੇ ਹਨ ਤੇ ਉਹਨਾਂ ਨੂੰ ਵੀ ਉਸ ਦਾ ਦੇਣਾ ਭੁਗਤਣਾ ਪੈਂਦਾ ਹੈ ਤੇ ਇਹਨਾਂ ਗੱਲਾਂ ਨੂੰ مسیਹੀ ਵਿਰੋਧੀ ਅੱਜ ਤੱਕ ਨਹੀਂ ਸਮਝ ਸਕੇ ਉਹ ਸਿਰਫ ਇਹ ਦੇਖਦੇ ਹਨ ਕਿ ਬਾਈਬਲ ਦੇ ਵਿੱਚ ਬੁਰੀਆਂ-ਬੁਰੀਆਂ ਗੱਲਾਂ ਦਾ ਪ੍ਰਚਾਰ ਕੀਤਾ ਗਿਆ ਹੈ ਪਰ ਉਹ ਇਹ ਨਹੀਂ ਦੇਖਦੇ ਕਿ ਯਹਵਾ ਉਹਨਾਂ ਬੁਰੀਆਂ ਗੱਲਾਂ ਦਾ ਨਿਆਂ ਕਿਸ ਤਰ੍ਹਾਂ ਕਰਦਾ ਹੈ ਤੇ ਸਾਨੂੰ ਇਹਨਾਂ ਘਟਨਾਵਾਂ ਤੋਂ ਸਿਖਾਉਂਦਾ ਹੈ ਕਿ ਸਾਨੂੰ ਇਹਨਾਂ ਨੂੰ ਪੜ੍ਹ ਕੇ ਕਿਸ ਤਰ੍ਹਾਂ ਅਸੀਂ ਆਪਣੇ ਜੀਵਨ ਨੂੰ ਅਜਿਹੀਆਂ ਗੱਲਾਂ ਜਾਂ ਅਜਿਹੇ ਪਾਪਾਂ ਤੋਂ ਬਚਾ ਸਕਦੇ ਹਾਂ ਜੇ ਆਮ ਪਾਸ਼ਾ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂ ਤਾਂ ਇਹ ਗੱਲ ਹੈ ਕਿ ਬਾਈਬਲ ਆਪਣੇ ਕਰੈਕਟਰ ਦਾ ਸਿਰਫ ਹੀਰੋਪੁਣਾ ਹੀ ਨਹੀਂ ਦਿਖਾਉਂਦੀ ਉਹ ਦਿਖਾਉਂਦੀ ਹੈ ਉਹਨਾਂ ਦੀਆਂ ਗਲਤੀਆਂ ਨੂੰ ਤੇ ਉਹ ਦਿਖਾਉਂਦੀ ਹੈ ਕਿ ਕਿਵੇਂ ਯਹਵਾ ਨੇ ਉਹਨਾਂ ਦਾ ਨਿਆਂ ਕੀਤਾ ਤੇ ਉਹ ਦਿਖਾਉਂਦੀ ਹੈ ਕਿ ਕਿਸ ਤਰ੍ਹਾਂ ਯਹਵਾ ਦੇ ਲੋਕਾਂ ਨੇ ਫਿਰ ਪਿੱਛੇ ਮੁੜ ਕੇ ਯਹਵਾ ਤੋਂ ਮਾਫੀ ਮੰਗੀ ਤੇ ਯਹਵਾ ਨੇ ਉਹਨਾਂ ਦੇ ਪਾਪਾਂ ਨੂੰ ਮਾਫ ਕੀਤਾ ਤਾਂ ਅੱਗੇ ਅਸੀਂ ਪੜ੍ਹਦੇ ਹਾਂ ਕਿ 다ਊਦ ਦੇ ਇਸ ਪਾਪ ਦੇ ਕਾਰਨ ਉਸ ਦਾ ਪਹਿਲਾ ਪੁੱਤਰ ਮਰ ਗਿਆ ਤੇ 다ਊਦ ਨੂੰ ਫਿਰ ਪਤਾ ਵੀ ਲੱਗਿਆ ਕਿ ਅਜਿਹਾ ਕਿਉਂ ਹੋਇਆ ਹੈ ਪਰ ਮਰਮੇਸ਼ੁਰ ਨੇ ਦੌਦ ਦੇ ਕੋਲ ਆਪਣੇ نبی ਦੇ ਦੁਆਰਾ ਇਹ ਸੰਦੇਸ਼ ਪਜਵਾਇਆ ਕਿ ਮੈਂ ਤੈਨੂੰ ਇਸਰਾਇਲ ਦਾ ਰਾਜਾ ਬਣਾਇਆ ਮੈਂ ਤੈਨੂੰ ਸ਼ੌਲ ਦੇ ਹੱਥੋਂ ਬਚਾਇਆ ਪਰ ਫਿਰ ਵੀ ਤੂੰ ਇਹ ਪਾਪ ਕੀਤਾ ਤੇ ਉਸ نبی ਨੇ ਦੌਦ ਨੂੰ ਕਿਹਾ ਕਿ ਯਹਵਾ ਇਉਂ ਕਹਿੰਦਾ ਹੈ ਕਿ ਮੈਂ ਤੈਨੂੰ ਹੋਰ ਬਹੁਤ ਕੁਝ ਦੇਣ ਵਾਲਾ ਸੀ ਪਰ ਫਿਰ ਵੀ ਤੂੰ ਯਹਵਾ ਦੀ ਆਗਿਆ ਨਾ ਮੰਨੀ ਅਤੇ ਉਹਦੀ ਆਗਿਆ ਨੂੰ ਤੁਛ ਜਾਣਿਆ ਵਿਵਚਾਰ ਕੀਤਾ ਅਤੇ ਤਲਵਾਰ ਤੇ ਦੁਆਰਾ ਇੱਕ ਮਨੁੱਖ ਦੀ ਹੱਤਿਆ ਕੀਤੀ ਤੇ ਇਸ ਪ੍ਰਕਾਰ ਮੈਂ ਇੱਕ ਭਾਰੀ ਦੰਡ ਤੇਰੇ ਉੱਤੇ ਰੱਖਾਂਗਾ ਤੇ ਉਸ ਦੰਡ ਨਾਲ ਇਹ ਹੋਇਆ ਕਿ ਯਹੋਵਾ ਨੇ 다উদ ਦੇ ਪੁੱਤਰ ਨੂੰ ਲੈ ਲਿਆ ਤਾਂ 다উদ ਨੂੰ ਸਮਝ ਆਇਆ ਕਿ ਇਹ ਸਭ ਕੁਝ ਉਸਦੇ ਪਾਪ ਦੇ ਕਾਰਨ ਹੀ ਹੋਇਆ ਹੈ ਤਾਂ 다উদ ਨੇ ਆਪਣੇ ਪਾਪਾਂ ਦੀ ਮਾਫੀ ਯਹੋਵਾ ਤੋਂ ਮੰਗੀ ਅਤੇ ਆਪਣੇ ਗੁਨਾਹਾਂ ਦਾ ਪਛਤਾਪ ਕੀਤਾ ਤੇ ਇਸ ਪ੍ਰਕਾਰ ਯਹਵਾ ਨੇ 다ਊਦ ਦੇ ਪਛਤਾਪ ਨੂੰ ਦੇਖ ਕੇ ਯਹਵਾ ਨੇ ਉਸ ਨੂੰ ਦੂਜਾ ਪੁੱਤਰ ਦਿੱਤਾ ਤੇ ਜਿਸ ਦਾ ਨਾਮ ਉਸ ਨੇ ਸੁਲੇਮਾਨ ਰੱਖਿਆ ਅਤੇ ਉਹ ਯਹਵਾ ਦਾ ਬਹੁਤ ਹੀ ਨੇੜੇ ਸੀ ਤੇ ਅੱਗੇ ਚੱਲ ਕੇ ਅਸੀਂ ਵੇਖਦੇ ਹਾਂ ਕਿ ਜਿਸ ਨੇ ਯਹਵਾ ਦੇ ਲਈ ਇੱਕ ਬਹੁਤ ਹੀ ਵੱਡੇ ਮੰਦਰ ਦਾ ਨਿਰਮਾਣ ਵੀ ਕੀਤਾ ਤੇ ਜਦੋਂ 다উদ ਨੇ ਸੱਚੇ ਮਨ ਦੇ ਨਾਲ ਪਛਤਾਵਾ ਕੀਤਾ ਅਤੇ ਯਹਵਾ ਤੋਂ ਮਾਫੀ ਮੰਗੀ ਅਤੇ ਫਿਰ 다উদ ਨੇ ਜਬੂਰਾ ਦੀ ਪੋਥੀ ਦੇ ਕੁਝ ਜਬੂਰ ਲਿਖੇ ਜਿਵੇਂ ਕਿ ਜਿਵੇਂ ਕਿ ਜਬੂਰਾ ਦੀ ਪੋਥੀ ਅਧਿਆਇ 51 ਨੂੰ ਤੁਸੀਂ ਪੂਰਾ ਪੜ੍ਹ ਸਕਦੇ ਹੋ ਜਿੱਥੇ ਪਾਪਾਂ ਦੀ ਮਾਫੀ ਦੇ ਲਈ 다উদ ਦੇ ਦੁਆਰਾ ਪ੍ਰਾਰਥਨਾ ਕੀਤੀ ਗਈ ਹੈ ਇਸ ਪ੍ਰਕਾਰ ਯਹੋਵਾ ਨੇ 다উদ ਦੇ ਪਾਪਾਂ ਨੂੰ ਮਾਫ਼ ਕੀਤਾ ਅਤੇ 다উদ ਨੇ ਨਤਾਨ ਨਬੀ ਨੂੰ ਵਿਖਿਆ ਕਿ ਮੈਂ ਯਹੋਵਾ ਦੇ ਵਿਰੁੱਧ ਪਾਪ ਕੀਤਾ ਹੈ। ਤਾਂ ਨਤਾਨ ਨਬੀ ਨੇ ਯਹੋਵਾ ਦੇ ਸੰਤੇਸ਼ ਨੂੰ ਦੰਦ ਦੱਸਿਆ ਕਿ ਤੂੰ ਨਹੀਂ ਮਰੇਗਾ ਪਰ ਜੋ ਤੇਰਾ ਪੁੱਤਰ ਇਸ ਪਾਪ ਦੇ ਦੁਆਰਾ ਪੈਦਾ ਹੋਇਆ ਹੈ ਉਹ ਨਹੀਂ ਬਚੇਗਾ। ਤਾਂ ਇੱਥੇ ਅਸੀਂ ਇੱਕ ਗੱਲ ਫਸਟ ਦੇਖ ਸਕਦੇ ਹਾਂ ਕਿ ਪਰਮੇਸ਼ਰ ਪਾਪਾਂ ਦੀ ਮਾਫੀ ਤਾਂ ਦਿੰਦਾ ਹੈ ਪਰ ਉਹਨਾਂ ਦੀ ਸ਼ਮਾਂ ਦਾ ਕਰਦਾ ਹੈ ਪਰ ਉਹਨਾਂ ਦਾ ਦੰਡ ਜਰੂਰ ਮਿਲਦਾ ਹੈ ਤਾਂ ਇੱਥੇ ਸਾਨੂੰ ਇਹ ਪਤਾ ਲੱਗਦਾ ਹੈ ਕਿ ਗੁਪਤ ਵਿੱਚ ਕੀਤੇ ਗਏ ਪਾਪਾਂ ਦੀ ਸਜ਼ਾ ਤਾਂ ਹੈ ਪਰ ਉਹਨਾਂ ਦੀ ਮਾਫੀ ਵੀ ਹੈ ਤੇ ਇਸ ਦਾ ਮਤਲਬ ਇਹ ਨਹੀਂ ਕਿ ਜੇ ਅਸੀਂ ਵਿਸ਼ਵਾਸੀ ਹਾਂ ਤਾਂ ਅਸੀਂ ਕਿਹੋ ਜਿਹਾ ਵੀ ਪਾਪ ਕਰਦੇ ਰਹੀਏ ਕਿ ਪਰਮੇਸ਼ਰ ਸਾਨੂੰ ਮਾਫ ਕਰੇਗਾ हां ਪਰਮੇਸ਼ਰ ਮਾਫ ਕਰੇਗਾ ਪਰ ਸਜ਼ਾ ਜ਼ਰੂਰ ਮਿਲੇਗੀ ਤੇ ਤੁਸੀਂ ਅਜੇਹਾ ਕਦੇ ਵੀ ਨਾ ਸੋਚਿਓ ਕਿ ਹਾਂ ਅਸੀਂ ਇੱਕ ਵਿਸ਼ਵਾਸੀ ਹਾਂ ਜੀ ਅਸੀਂ ਪਾਪ ਕਰਦੇ ਹਾਂ ਤਾਂ ਅਸੀਂ ਜਾਣਦੇ ਹਾਂ ਕਿ ਪਰਮੇਸ਼ਰ ਸਾਨੂੰ ਮਾਫ ਕਰ ਦੇਗਾ ਮਾਫ ਕਰਨ ਦੇ ਵਿੱਚ ਤੇ ਪਾਪ ਦੀ ਸਜ਼ਾ ਦੇ ਵਿੱਚ ਇੱਕ ਅੰਤਰ ਹੈ ਹਾਂ ਪਰਮੇਸ਼ਰ ਮਾਫ ਕਰੇਗਾ ਪਰ ਜੋ ਦੰਡ ਹੈ ਜੋ ਸਜ਼ਾ ਹੈ ਉਹ ਜ਼ਰੂਰ ਮਿਲੇਗੀ ਤੇ ਗੁਪਤ ਵਿੱਚ ਕੀਤੇ ਹੋਏ ਪਾਪ ਮਨੁੱਖ ਨੂੰ ਨਾਸ਼ ਕਰ ਦਿੰਦੇ ਹਨ ਤੇ ਇਸ ਦੀ ਇੱਕ ਸਭ ਤੋਂ ਵੱਡੀ ਉਦਾਹਰਣ ਅਸੀਂ ਦਾਊਦ ਦੇ ਜੀਵਨ ਦੇ ਵਿੱਚੋਂ ਵੇਖ ਸਕਦੇ ਹਾਂ ਤੇ ਇਸ ਘਟਨਾ ਤੋਂ ਅਸੀਂ ਸਿੱਖ ਸਕਦੇ ਹਾਂ ਕਿ ਗੁਪਤ ਵਿੱਚ ਕੀਤੇ ਗਏ ਪਾਪਾਂ ਦਾ ਅੰਤ ਨਾਸ਼ ਹੀ ਹੁੰਦਾ ਹੈ ਗੁਪਤ ਦੇ ਵਿੱਚ ਪਾਪ ਕਰਨਾ ਤੇ ਫਿਰ ਉਸ ਪਾਪ ਨੂੰ ਲਕਾਉਣ ਦੇ ਲਈ ਹੋਰ ਪਾਪ ਕਰਨਾ ਸਾਡੇ ਜੀਵਨ ਕਾਲ ਨੂੰ ਨਾਸ਼ ਕਰ ਸਕਦਾ ਹੈ ਤੇ ਇਸ ਪ੍ਰਕਾਰ ਪਰਮੇਸ਼ਰ ਸਾਨੂੰ ਬਾਈਬਲ ਦੇ ਵਿੱਚੋਂ ਇਹ ਚੇਤਾਵਨੀ ਦਿੰਦਾ ਹੈ ਕਿ ਜਿਸ ਤਰ੍ਹਾਂ ਦੌਦ ਨਾਲ ਹੋਇਆ ਸਾਡੇ ਨਾਲ ਨਾ ਹੋਵੇ ਸਾਨੂੰ ਆਪਣੇ ਗੁਪਤ ਪਾਪਾਂ ਨੂੰ ਤਿਆਗਣਾ ਚਾਹੀਦਾ ਹੈ ਜੇ ਸਾਨੂੰ ਅਜਿਹੇ ਪਾਪ ਕਰਨੇ ਹੀ ਨਹੀਂ ਚਾਹੀਦੇ ਜੋ ਸਾਡੇ ਜੀਵਨ ਨੂੰ ਨਾਸ਼ਦੀਵਾਲ ਲੈ ਜਾਣ ਤੇ ਅੱਜ ਹੁਣ ਇਹ ਸਮਾਂ ਹੈ ਜਦੋਂ ਅਸੀਂ ਦੌਦ ਜੀਵਨ ਨੂੰ ਦੇਖਦੇ ਹਾਂ ਤਾਂ ਅਸੀਂ ਆਪਣੇ ਜੀਵਨ ਨੂੰ ਵੀ ਦੇਖ ਸਕਦੇ ਹਾਂ ਕੰਪੇਅਰ ਕਰ ਸਕਦੇ ਹਾਂ ਜੇ ਅੱਜ ਸਾਡੇ ਜੀਵਨ ਦੇ ਵਿੱਚ ਕੋਈ ਪਾਪ ਹੈ ਤਾਂ ਅਸੀਂ ਪਰਮੇਸ਼ਵਰ ਦੇ ਸਾਹਮਣੇ ਪਛਤਾਵਾ ਕਰ ਸਕਦੇ ਹਾਂ ਸਾਡੇ ਕੋਲ ਹੁਣ ਇਹ ਸਮਾਂ ਹੈ ਪਰਮੇਸ਼ਵਰ ਦਇਆਵਾਨ ਹੈ ਦਿਆਲੂ ਹੈ ਪਰਮੇਸ਼ਵਰ ਮਾਫ ਕਰਨ ਵਾਲਾ ਹੈ ਉਹ ਤੁਹਾਡੇ ਪਾਪਾਂ ਨੂੰ ਮਾਫ ਕਰ ਦੇਵੇਗਾ ਪਰ ਇਸ ਤੋਂ ਪਹਿਲਾਂ ਲੇਟ ਨਾ ਹੋ ਜਾਵੇ ਕਿ ਤੁਸੀਂ ਹੋਰ ਪਾਪਾਂ ਦੇ ਵਿੱਚ ਫਸ ਜਾਓ ਇੱਕ ਪਾਪ ਨੂੰ ਲੁਕਾਉਣ ਦੇ ਲਈ ਹੋਰ ਪਾਪ ਕਰਦੇ ਜਾਓ ਤੁਸੀਂ ਆਪਣੇ ਪਾਪਾਂ ਦੀ ਮਾਫੀ ਅੱਜ ਹੀ ਯਹੋਵਾ ਦੇ ਸਾਹਮਣੇ ਮੰਗ ਲਓ ਪਛਤਾਪ ਕਰੋ ਤੇ ਮੁੜੋ ਉਹ ਤੁਹਾਨੂੰ ਮਾਫ ਕਰ ਦੇਵੇਗਾ ਤੇ ਜਿਵੇਂ ਅਸੀਂ ਪਹਿਲਾਂ ਵੀ ਇਹ ਪੜਿਆ ਕਿ ਇਹ ਸਾਰੀਆਂ ਦੁਰਘਟਨਾਵਾਂ ਘਟਨਾਵਾਂ ਜੋ ਬਾਈਬਲ ਦੀ ਰਚਨਾ ਹੈ ਇਸੇ ਕਰਕੇ ਕੀਤੀ ਗਈ ਹੈ ਕਿ ਅਸੀਂ ਬਾਈਬਲ ਨੂੰ ਪੜ੍ਹ ਕੇ ਸਿੱਖ ਸਕੀਏ ਸਿੱਖਾ ਸਕੀਏ ਤੇ ਆਪਣੇ ਜੀਵਨ ਦੇ ਵਿੱਚ ਲਾਗੂ ਕਰ ਸਕੀਏ ਕਿ ਕਿਸ ਤਰ੍ਹਾਂ ਅਸੀਂ ਪਾਪਾਂ ਤੋਂ ਜਾਂ ਆਪਣੇ ਜੀਵਨ ਦੇ ਵਿੱਚ ਹੋਰ ਸੁਧਾਰ ਲਿਆ ਸਕਦੇ ਹਾਂ ਤੇ ਉਹਨਾਂ ਤੋਂ ਬਚ ਸਕਦੇ ਹਾਂ ਤੇ ਸਭ ਤੋਂ ਵੱਡੀ ਗੱਲ ਅਸੀਂ ਇਸ ਵਚਨ ਦੇ ਵਿੱਚੋਂ ਇਹ ਸਿੱਖ ਸਕਦੇ ਹਾਂ ਕਿ ਦਾਊਦ ਨੇ ਬੁਰੀ ਇਮਾਨਦਾਰੀ ਦੇ ਨਾਲ ਸੱਚੇ ਮਨ ਦੇ ਨਾਲ ਯਹਵਾ ਤੋਂ ਮਾਫੀ ਮੰਗੀ ਤੇ ਯਹਵਾ ਨੇ ਉਸ ਨੂੰ ਮਾਫ ਕੀਤਾ ਅਤੇ ਉਸ ਨੂੰ ਇੱਕ ਪੁੱਤਰ ਦਿੱਤਾ ਜਿਸ ਦਾ ਨਾਮ ਸੁਲੇਮਾਨ ਸੀ ਜੋ ਇੱਕ ਬਹੁਤ ਵੱਡਾ ਰਾਜਾ ਹੋਇਆ ਤੇ ਅੱਜ ਦੇ ਸਮੇਂ ਜਾਣੇ ਦੇ ਵਿੱਚ ਜਾਂ ਅਣਜਾਣੇ ਦੇ ਵਿੱਚ ਜੇ ਸਾਡੇ ਕੋਲੋਂ ਕੁਝ ਪਾਪ ਹੋ ਜਾਵੇ ਤਾਂ ਸਾਨੂੰ ਉਸ ਨੂੰ ਮੰਨ ਲੈਣਾ ਚਾਹੀਦਾ ਹੈ ਤੇ ਯਹਵਾ ਦੇ ਸਾਹਮਣੇ ਸਵੀਕਾਰ ਕਰ ਲੈਣਾ ਚਾਹੀਦਾ ਹੈ ਆਦਮ ਦੀ ਤਰ੍ਹਾਂ ਨਹੀਂ ਕਿ ਉਸਨੇ ਆਪਣੇ ਪਾਪ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ ਦਵਦ ਦੀ ਤਰ੍ਹਾਂ ਕਿ ਉਸਨੇ ਆਪਣੇ ਪਾਪ ਨੂੰ ਯਹਵਾ ਦੇ ਸਾਹਮਣੇ ਮੰਨ ਲਿਆ ਅਤੇ ਪਛਤਾਪ ਕੀਤਾ ਤੇ ਮੈਂ ਇਹ ਆਸ ਕਰਦਾ ਹਾਂ ਕਿ ਅੱਜ ਦੇ ਵਚਨ ਦੇ ਦੁਆਰਾ ਤੁਹਾਨੂੰ ਆਸ਼ੀਸ਼ ਮਿਲੀ ਹੋਵੇਗੀ ਜੇ ਤੁਸੀਂ ਹੋਰ ਵੀਡੀਓ ਨੂੰ ਸੁਨਣਾ ਚਾਹੁੰਦੇ ਹੋ ਜਾਂ ਹੋਰ ਬਾਈਬਲ ਦੀਆਂ ਕਹਾਣੀਆਂ ਨੂੰ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਅਤੇ ਬੈਲ ਆਈਕਨ ਨੂੰ ਵੀ ਦਬਾ ਸਕਦੇ ਹੋ ਤਾਂ ਕਿ ਤੁਹਾਨੂੰ ਹੋਰ ਵੀਡੀਓਜ਼ ਦੇ ਨੋਟੀਫਿਕੇਸ਼ਨ ਮਿਲ ਸਕਣ ਧੰਨਵਾਦ